ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਆਜ਼ਾਦ ਨਿਊਜ਼ ਟੀਵੀ ਪਟਿਆਲਾ ਦੇ ਵਿੱਚ ਤੁਹਾਡਾ ਸਵਾਗਤ ਹੈ ਅਤੇ ਮੈਂ ਤੁਹਾਨੂੰ ਪੁੱਛਣਾ ਚਾਹੂੰਗਾ, ਇੱਕ ਸੁਨਾਮ ਦੇ ਵਿੱਚ ਜੋ 4 ਮਨਰੇਗਾ ਮਜ਼ਦੂਰ ਸੀਗੇ, ਉਹਨਾਂ ਦੀ ਇੱਕ ਟਰੱਕ ਚਾਲਕ ਨੇ ਮਤਲਬ ਕਿ ਕਿਵੇਂ ਹਾਦਸਾ ਹੋਇਆ, ਉਹਦੇ ਬਾਰੇ ਡਿਟੇਲ 'ਚ ਦੱਸੋ ਅਤੇ ਕੀ ਕੁਛ ਤੁਸੀਂ ਮੰਗਾਂ ਕਰਦੇ ਹੋ ਉਸ ਬਾਰੇ ਜੀ। ਇਹ ਬਹੁਤ ਮਾੜੀ ਘਟਨਾ ਹੋਈ ਹੈ, ਬਹੁਤ ਵੱਡਾ ਅਫਸੋਸ ਹੈ ਸਾਨੂੰ। ਅਸੀਂ ਸੋਚਦੇ ਹਾਂ ਕਿ ਇਸ ਪਰਿਵਾਰ ਨੂੰ, ਦੇਖੋ ਹਰ ਮੰਗ ਹੁੰਦੀ ਹੈ ਅਤੇ ਮੇਰੀ ਵੀ ਇੱਕ ਮੰਗ ਹੈ ਕਿ ਜਿਹੜਾ ਇਹਨਾਂ ਦਾ ਪਰਿਵਾਰ ਆ ਉਹਨਾਂ ਨੂੰ ਇੱਕ ਇੱਕ ਨੌਕਰੀ ਸਰਕਾਰ ਵੱਲੋਂ, ਪੰਜਾਬ ਸਰਕਾਰ ਵੱਲੋਂ ਦੇਣੀ ਚਾਹੀਦੀ ਹੈ, ਕਿਉਂਕਿ ਹਰ ਵਰਗ ਦੇ ਲੋਕਾਂ ਵਾਸਤੇ, ਜਿਵੇਂ ਕਿ ਜੇ ਕਿਸੇ ਦਾ ਕੋਈ ਨਫਾ ਨੁਕਸਾਨ ਹੁੰਦਾ ਤਾਂ ਸਾਰਿਆਂ ਨੂੰ ਇਹ ਮੁਆਵਜ਼ਾ ਵਗੈਰਾ ਵੀ ਮਿਲਦਾ, ਇਹਨਾਂ ਨੂੰ ਮੁਆਵਜ਼ਾ ਵੀ ਮਿਲਣਾ ਚਾਹੀਦਾ ਗਰੀਬ ਪਰਿਵਾਰਾਂ ਨੂੰ। ਕਿਉਂਕਿ ਮਨਰੇਗਾ ਜਿਹੜੀ ਇੱਕ ਬਹੁਤ ਮਤਲਬ ਕਿ ਇਹ ਕਿ ਇਹਨਾਂ ਨੂੰ, ਦੇਖੋ ਤੁਸੀਂ ਆਪ ਸਮਝਦਾਰ ਹੋ, ਇਹਨਾਂ ਨੂੰ ਹਰ ਜਗ੍ਹਾ ਦੇ ਉੱਤੇ ਕੰਮ ਕਰਨਾ ਪੈਂਦਾ ਹੈ, ਖੇਤਾਂ 'ਚ ਵੀ ਕੰਮ ਕਰਨਾ ਪੈਂਦਾ, ਕਈ ਵਾਰੀ ਇਹੋ ਜਿਹੀਆਂ ਜਗ੍ਹਾ ਨੇ ਜਿੱਥੇ ਬਹੁਤ ਮਾੜੇ ਹਾਲਾਤ ਹੁੰਦੇ ਨੇ, ਉੱਥੇ ਵੀ ਸਾਡੇ ਮਜ਼ਦੂਰ ਨੇ ਜਿਹੜੇ ਕੰਮ ਕਰਦੇ ਨੇ। ਅਤੇ ਤੁਸੀਂ ਸਰਕਾਰ ਤੋਂ ਕਿੰਨਾ ਉਹਨਾਂ ਨੂੰ ਚਾਹੋਗੇ ਕਿ ਨੌਕਰੀ ਦੇ ਨਾਲ ਨਾਲ ਮੁਆਵਜ਼ਾ ਕਿੰਨਾ ਮਿਲੇ? ਦੇਖੋ ਜੀ, ਐਜ਼ ਏ ਡਿਮਾਂਡ ਇਹ ਹੈ ਕਿ ਘੱਟੋ ਘੱਟ 50 ਲੱਖ ਰੁਪਏ ਮਿਲਣਾ ਚਾਹੀਦਾ, ਕਿਉਂਕਿ ਪਰਿਵਾਰ ਦਾ ਜੀ ਚਲਿਆ ਗਿਆ, ਠੀਕ, ਉਹ ਵਾਪਸ ਨਹੀਂ ਆਉਂਦਾ। ਬਿਲਕੁਲ, ਜਿਹੜਾ ਇੱਕ ਵਾਰੀ ਦੁਨੀਆਂ ਤੋਂ ਚਲਿਆ ਗਿਆ ਉਹ ਵਾਪਸ ਨਹੀਂ ਆ ਸਕਦਾ। ਇੱਕ ਬਹੁਤ ਵੱਡੀ ਧੱਕਾ ਲੱਗਦਾ ਸਾਰੇ ਪਰਿਵਾਰ ਨੂੰ, ਇੱਕ ਉਹੀ ਤਾਂ ਕੰਮ ਕਰਨ ਵਾਲੇ ਸੀਗੇ, ਉਹੀ ਕਮਾਉਣ ਵਾਲੇ ਸੀ, ਥੋੜ੍ਹੀ ਬਹੁਤੀ ਦਿਹਾੜੀ ਨਾਲ ਹੁੰਦਾ। ਅੱਜ ਕੱਲ੍ਹ ਮਜ਼ਦੂਰ ਦਾ ਹੁੰਦਾ ਕੀ ਹੈ, ਗੁਜ਼ਾਰੀ ਬਹੁਤ ਔਖਾ ਹੁੰਦਾ, ਉਹਨਾਂ ਨੂੰ ਜਿਹੜਾ ਪਿਛਲਾ ਪਰਿਵਾਰ ਹੈ ਉਹਨਾਂ ਨੂੰ ਕੱਟਣਾ ਬਹੁਤ ਔਖਾ ਹੈ। ਸੋ ਅਸੀਂ ਤਾਂ ਬੜੀ ਮੰਗ ਕਰਦੇ, ਮੈਂ ਤਾਂ ਇਹ ਵੀ ਕਹਿੰਦਾ ਕਿ ਜਿੰਨੇ ਸਾਡੇ ਨਰੇਗਾ ਦੇ ਵਿੱਚ ਕੰਮ ਕਰਦੇ ਨੇ ਮਜ਼ਦੂਰ ਨੇ, ਸਾਰਿਆਂ ਦਾ ਉਹਨਾਂ ਦਾ ਸਰਕਾਰ ਵੱਲੋਂ ਇੱਕ ਅਲੱਗ ਤੋਂ ਇੰਸ਼ੋਰੈਂਸ ਹੋਣਾ ਚਾਹੀਦਾ, ਅਲੱਗ ਤੋਂ ਵੱਖਰਾ, ਠੀਕ ਹੈ। ਅਤੇ ਔਰ ਇਹਨਾਂ ਦਾ ਜਿਹੜੀ ਕੋਈ ਜਿਸ ਤਰ੍ਹਾਂ ਇਹਨਾਂ ਨੂੰ ਬੜੀਆਂ ਵੱਡੀਆਂ ਸਮੱਸਿਆ ਆ ਰਹੀਆਂ ਨੇਗੀਆਂ, ਮੈਂ ਦੇਖਿਆ ਇੱਕ ਦੋ ਜਿਵੇਂ ਸਾਡੇ ਹਲਕੇ ਦੇ ਵਿੱਚ ਲਾ ਲਓ, ਮੈਂ ਗੱਲ ਕੀਤੀ ਹੈ ਕਿ ਕਿਤੇ ਇਹਨਾਂ ਨੂੰ APO ਵੀ ਤੰਗ ਕਰਦੇ ਆ, DDPO ਵੀ ਤੰਗ ਕਰਦੇ ਆ, ਸਾਰੇ ਤੰਗ ਕਰਦੇ ਨੇ ਇਹਨਾਂ ਨੂੰ, ਸਾਨੂੰ ਪਤਾ ਹੈ, ਕਿਉਂਕਿ ਇੱਕ ਗਰੀਬ ਲੋਕ ਹੈ, ਕਿਸੇ ਦੇ ਉੱਤੇ ਧੱਕਾ ਨਹੀਂ ਹੁੰਦਾ। ਬਿਲਕੁਲ, ਸਰਕਾਰ ਇਹਨਾਂ ਵੱਲ ਜ਼ਿਆਦਾ ਗੌਰ ਨਹੀਂ ਦਿੰਦੀ ਹੈਗੀ, ਇਸ ਗੱਲ ਨੂੰ ਅਸੀਂ ਪੂਰੀ ਡੰਗਾਈ ਨਾਲ ਕਹਿ ਰਹੇ ਹਾਂ ਮੇਰੀ, ਕਿਉਂਕਿ ਮੈਂ, ਅਸੀਂ ਜੇ ਕੋਈ ਪਰਿਵਾਰ ਹੈ ਜਿਨ੍ਹਾਂ ਦੇ ਨਾਲ ਅਸੀਂ ਖੜ੍ਹੇ ਹਾਂ, ਸਹਿਯੋਗ ਕਰਾਂਗੇ, ਅਸੀਂ ਵੀ ਜਾ ਕੇ ਜਿੱਥੇ ਸਾਨੂੰ ਇਹਨਾਂ ਪਰਿਵਾਰਾਂ ਵਾਸਤੇ ਮੰਗ ਕਰਨੀ ਪਈ, ਧਰਨਾ ਲਾਉਣਾ ਪਿਆ, ਉਹ ਵੀ ਜ਼ਰੂਰ ਦੇਵਾਂਗੇ, ਔਰ ਜੇ ਕੋਈ ਸਰਕਾਰ ਤੋਂ ਮੰਗ ਕਰਨ ਦੀ ਲੋੜ ਪਈ ਜਿੱਥੇ ਜਾਣਾ ਪਿਆ, ਮੈਂ ਜ਼ਰੂਰ ਜਾਵਾਂਗਾ। ਠੀਕ ਹੈ ਜੀ। ਅਤੇ ਉਹ ਤਕਰੀਬਨ ਜੇ ਕਹੀਏ ਤਾਂ SC ਪਰਿਵਾਰ ਦੇ ਵਿੱਚੋਂ ਸੀਗੇ ਪਰਿਵਾਰ ਉਹ? ਜੀ ਬਿਲਕੁਲ, ਠੀਕ ਹੈ, ਬਿਲਕੁਲ, ਜਿਹੜੇ ਪਰਿਵਾਰ ਨੇਗੇ SC ਪਰਿਵਾਰਾਂ ਦੇ ਵਿੱਚੋਂ ਨੇ। ਪਿੰਡ ਕਿਹੜਾ ਸੀ ਉਹਨਾਂ ਦਾ, ਤਹਿਸੀਲ ਕਿਹੜੀ ਸੀ? ਅਤੇ ਇਹਨਾਂ ਨੂੰ ਜੀ ਤਹਿਸੀਲ ਸਨਾਮ ਪੈਂਦੀ ਹੈ, ਠੀਕ ਹੈ ਜੀ, ਬਿਸ਼ਨਪੁਰਾ ਇਹਨਾਂ ਦਾ ਪਿੰਡ ਹੈ, ਠੀਕ ਹੈ ਜੀ। ਬਹੁਤ ਵੱਡਾ ਡਿਪਟੀ ਕਮਿਸ਼ਨਰ ਸੰਗਰੂਰ, ਠੀਕ ਹੈ, ਡਿਪਟੀ ਕਮਿਸ਼ਨਰ ਸਾਹਿਬ ਸੰਗਰੂਰ ਨੇ, ਠੀਕ ਹੈ ਠੀਕ ਹੈ, ਦੇਖ ਰਹੇ ਨੇ, ਬੜੀ ਗੌਰ ਨਾਲ ਸਾਰੀ ਗੱਲਬਾਤ ਹੋਈ ਹੈ। ਕੋਈ ਮੰਗ ਪੱਤਰ ਤੁਹਾਨੂੰ DC ਸਾਹਿਬ ਨੂੰ ਦਿੱਤਾ ਹੋਵੇ ਅੱਜ ਤੱਕ, ਜਾਂ ਕੁਛ ਅੱਗੇ ਕੋਈ ਇਨ ਫਿਊਚਰ ਦੇਣਾ ਹੋਵੇ? ਦੇਖੋ ਅਜੇ ਪ੍ਰਸ਼ਾਸਨ ਦੇ ਜਿਹੜੇ ਬੰਦੇ ਨੇ ਸਾਡੇ, ਜੋ ਵੀ ਹੈ ਉਹ ਦੇਖ ਰਹੇ ਨੇ, ਬਹੁਤ ਵਧੀਆ ਅੱਛੇ ਤਰੀਕੇ ਨਾਲ ਦੇਖ ਰਹੇ ਨੇ, ਕੋਈ ਇਸ ਤਰ੍ਹਾਂ ਦੀ ਗੱਲ ਤਾਂ ਅਜੇ ਤੱਕ ਆਈ ਨਹੀਂ ਹੈ। ਜੇ ਕੋਈ ਨਜ਼ਰ ਦੇ ਵਿੱਚ ਆਊਗੀ ਤਾਂ ਅਸੀਂ ਜ਼ਰੂਰ ਉਹਨੂੰ ਸ਼ੇਅਰ ਕਰਾਂਗੇ। ਓਕੇ, ਅਸੀਂ